ਇਤਿਹਾਸ ਦੇ ਵਰਗੇ ਬੋਲੀਏ ਤਾਂ ਸਾਨੂੰ ਇੱਕ ਤੋਂ ਇੱਕ ਵੱਧ ਸੂਰਮਾ ਨਜ਼ਰ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਆਪਣੇ ਧਰਮ ਵਾਸਤੇ ਸਰਵਸਵ ਵਾਰ ਦਿੱਤਾ ਸੀ। ਉਹਨਾਂ ਵਿੱਚੋਂ ਅੱਜ ਮੈਂ ਇੱਕ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਾਰੇ ਦੱਸਣ ਜਾ ਰਹੀ ਹਾਂ। ਛੋਟਾ ਮੂੰਹ ਵੱਡੀ ਗੱਲ, ਉਹਨਾਂ ਦੇ ਜੀਵਨ ਬਾਰੇ ਦੱਸਣਾ ਕੋਈ ਆਸਾਨ ਨਹੀਂ, ਪਰ ਫਿਰ ਵੀ ਕੁਝ ਥੋੜ੍ਹਾ ਜਿਹਾ ਮੈਂ ਦੱਸਣਾ ਚਾਹੁੰਦੀ ਹਾਂ। ਉਹਨਾਂ ਦਾ ਜਨਮ 3 ਮਈ ਸੰਨ 1718 ਵਿੱਚ ਲਾਹੌਰ ਦੇ ਨੇੜੇ ਆਲੂ ਪਿੰਡ ਵਿੱਚ ਹੋਇਆ। ਇਹਨਾਂ ਦੀ ਮਾਤਾ ਦਾ ਨਾਂ ਜੀਵਨ ਕੌਰ ਅਤੇ ਪਿਤਾ ਦਾ ਨਾਂ ਬਦਰ ਸਿੰਘ ਸੀ। ਛੋਟੀ ਉਮਰ ਵਿੱਚ ਹੀ ਇਹਨਾਂ ਦੇ ਪਿਤਾ ਜੀ ਦਾ ਸਾਇਆ ਇਹਨਾਂ ਤੋਂ ਉੱਠ ਗਿਆ ਅਤੇ ਇਹਨਾਂ ਦੇ ਮਾਤਾ ਜੀ ਇਹਨਾਂ ਨੂੰ ਬਚਪਨ ਵਿੱਚ ਹੀ ਦਿੱਲੀ ਲੈ ਗਏ। ਇਹ ਉਹ ਸਮਾਂ ਸੀ ਜਦ ਬੰਦਾ ਸਿੰਘ ਬਹਾਦਰ ਦੇ ਨਾਲ ਮੁਗਲਾਂ ਨੇ ਜਿਹੜੀ ਬਦਸਲੂਕੀ ਕੀਤੀ ਸੀ, ਉਸ ਤੋਂ ਬਾਅਦ ਉਹਨਾਂ ਦੀ ਸ਼ਾਨ ਵਿੱਚ ਫਰਕ ਆ ਗਿਆ ਸੀ ਅਤੇ ਉਹ ਦਿਨ ਪਰ ਦਿਨ ਕਮਜ਼ੋਰ ਹੁੰਦੇ ਜਾ ਰਹੇ ਸਨ। ਜ਼ਕਰੀਆ ਖਾਨ ਉਸ ਵੇਲੇ ਦੇ ਬਾਦਸ਼ਾਹ ਫਰਕਸੀਅਰ ਕੋਲ ਦਿੱਲੀ ਵਿੱਚ ਸਿੱਖਾਂ ਦਾ ਸਿਰ ਕੱਟ ਕੇ ਲੈ ਜਾਂਦਾ ਅਤੇ ਉਸਨੂੰ ਖੁਸ਼ ਕਰਦਾ। ਬਾਦਸ਼ਾਹ ਨੇ ਖੁਸ਼ ਹੋ ਕੇ ਜ਼ਕਰੀਆ ਖਾਨ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ। ਜ਼ਕਰੀਆ ਖਾਨ ਨੇ ਕਸਮ ਖਾ ਲਈ ਕਿ ਉਹ ਮੁਗਲ ਸਾਮਰਾਜ ਵਿੱਚ ਇੱਕ ਵੀ ਸਿੱਖ ਨੂੰ ਜ਼ਿੰਦਾ ਨਹੀਂ ਛੱਡੇਗਾ। ਉਸਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਜਿਹੜਾ ਵੀ ਇੱਕ ਸਿੱਖ ਨੂੰ ਫੜ ਕੇ ਲੈ ਆਵੇਗਾ ਉਸਨੂੰ 50 ਰੁਪਈਏ ਦਿੱਤੇ ਜਾਣਗੇ। ਪਰ ਸਿੱਖਾਂ ਨੂੰ ਮਾਰਨ ਦੀ ਇਸ ਨੀਤੀ ਨੇ ਸਿੱਖਾਂ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ। ਜ਼ਕਰੀਆ ਖਾਨ ਦਾ ਖਜ਼ਾਨਾ ਖਾਲੀ ਹੋਣ ਲੱਗ ਗਿਆ ਅਤੇ ਉਸਦੇ ਬਹੁਤ ਸਾਰੇ ਆਦਮੀ ਮਰਨ ਲੱਗੇ। ਉਸਨੇ ਹੁਣ ਆਪਣੀ ਨੀਤੀ ਬਦਲੀ ਅਤੇ ਸਿੱਖਾਂ ਨੂੰ ਖੁਸ਼ ਕਰਨ ਦਾ ਤਰੀਕਾ ਅਪਣਾਇਆ। ਉਸਨੇ ਸਿੱਖਾਂ ਨੂੰ ਜ਼ਗੀਰ ਦਿੱਤੀ ਅਤੇ ਸਿੱਖਾਂ ਨੇ ਵੀ ਜਾਣ ਬੁੱਝ ਕੇ ਜ਼ਗੀਰ ਲੈ ਲਈ ਅਤੇ ਇਹਨਾਂ ਨੇ ਆਪਣੇ ਆਪ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ। ਸਰਦਾਰ ਕਪੂਰ ਸਿੰਘ ਨੂੰ ਇਸ ਸੰਗਠਨ ਦਾ ਮੁਖੀ ਬਣਾਇਆ ਗਿਆ। ਜਗੀਰ ਮਿਲਣ ਦੇ ਸਾਲ ਵਿੱਚ ਹੀ ਉਸਨੇ ਸਿੱਖਾਂ ਨੂੰ ਅਲੱਗ ਅਲੱਗ ਦਲਾਂ ਵਿੱਚ ਵੰਡ ਦਿੱਤਾ। 40 ਵਰ੍ਹਿਆਂ ਦੇ ਤੋਂ ਉੱਤੇ ਬੁੱਢਾ ਦਲ ਅਤੇ ਉਸ ਤੋਂ ਛੋਟੀ ਉਮਰ ਵਾਲਿਆਂ ਨੂੰ ਤਰੁਣ ਦਲ ਦਾ ਨਾਂ ਦਿੱਤਾ। ਬਾਅਦ ਵਿੱਚ ਦੋਵੇਂ ਦਲ ਮਿਲਾ ਕੇ ਦਲ ਖਾਲਸਾ ਬਣਾਇਆ ਗਿਆ। ਫਿਰ ਇਹਨਾਂ ਦੇ 5 ਦਲ ਬਣਾ ਦਿੱਤੇ ਗਏ ਅਤੇ ਫਿਰ ਇਹਨਾਂ ਨੂੰ 12 ਮਿਸਲਾਂ ਵਿੱਚ ਵੰਡ ਦਿੱਤਾ। ਮਿਸਲ ਦਾ ਮਤਲਬ ਹੈ ਬਰਾਬਰ। ਸਭ ਤੋਂ ਪਹਿਲਾਂ ਮਿਸਲ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦੋਂ ਵਰਤਿਆ ਜਦੋਂ ਉਹਨਾਂ ਨੇ ਪੰਗਾਣੀ ਦੀ ਲੜਾਈ ਵਿੱਚ ਸਿੱਖਾਂ ਨੂੰ ਅਲੱਗ ਅਲੱਗ ਦਲਾਂ ਵਿੱਚ ਵੰਡ ਕੇ ਸਮਾਨ ਅਧਿਕਾਰ ਦਿੱਤੇ ਸਨ। ਹੁਣ 12 ਮਿਸਲਾਂ ਬਣਾਈਆਂ ਗਈਆਂ ਅਤੇ ਉਹਨਾਂ ਦਾ ਨਾਂ ਪਿੰਡਾਂ ਜਾਂ ਉਹਨਾਂ ਦੇ ਮੁਖੀਆਂ ਦੇ ਨਾਂ 'ਤੇ ਰੱਖਿਆ ਗਿਆ। ਇਹ 12 ਮਿਸਲਾਂ ਸਨ ਆਹਲੂਵਾਲੀਆ ਮਿਸਲ, ਪੰਗਾਣੀ ਮਿਸਲ, ਰਾਮਗੜੀਆ ਮਿਸਲ, ਫੈਜ਼ਲਪੁਰੀਆ ਮਿਸਲ, ਕਨਈਆ ਮਿਸਲ, ਸ਼ੁਕਰ ਚੱਕੀਆ ਮਿਸਲ, ਡੱਲੇ ਵਾਲੀ ਮਿਸਲ, ਸ਼ਾਹਿਦ ਜਾਂ ਨਿਹੰਗ ਮਿਸਲ, ਨਕਈ ਮਿਸਲ, ਨਿਸ਼ਾਨ ਵਾਲੀਆ, ਕੈਰੋ ਸੰਗੀਆ ਅਤੇ ਫੁਲਕੀਆ ਮਿਸਲ। ਇਹਨਾਂ ਮਿਸਲਾਂ ਦੇ ਮੁਖੀ ਅੱਗੇ ਪਿੱਛੇ
ਲੜਦੇ ਰਹਿੰਦੇ ਤੇ ਜਦੋਂ ਦੁਸ਼ਮਣ ਨਾਲ ਲੜਨ ਦੀ ਵਾਰੀ ਆਉਂਦੀ ਤਾਂ ਉਦੋਂ ਸਾਰੇ ਇਕੱਠੇ ਹੋ ਜਾਂਦੇ ਸਨ। ਉਸ ਸਮੇਂ ਵਿੱਚ ਸਿੱਖਾਂ ਦੀ ਆਬਾਦੀ ਪੰਜਾਬ ਵਿੱਚ ਸਿਰਫ 7% ਸੀ, ਜਦਕਿ ਮੁਗਲਾਂ ਦੀ 50% ਅਤੇ ਹਿੰਦੂਆਂ ਦੀ 42% ਸੀ। ਅਹਿਮਦ ਸ਼ਾਹ ਅਬਦਾਲੀ ਵੀ 1748 ਤੋਂ 1768 ਦੇ ਵਿੱਚ 8 ਵਾਰੀ ਭਾਰਤ ਵਿੱਚ ਲੁੱਟਣ ਲਈ ਆਇਆ। ਤਾਂ ਹੀ ਤਾਂ ਇਹ ਕਹਾਵਤ ਬਣ ਗਈ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਲੋਕਾਂ ਦੇ ਘਰਾਂ ਤੋਂ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ ਅਤੇ ਲੋਕ ਸੋਚਦੇ ਸਨ ਕਿ ਹੁਣ ਜੋ ਵੀ ਘਰਾਂ ਵਿੱਚ ਹੈ ਉਹ ਖਾ ਲਓ ਅਤੇ ਵਧੀਆ ਪਾ ਲਓ। ਇਸੇ ਵਾਸਤੇ ਹੀ ਪੰਜਾਬੀ ਲੋਕ ਵਧੀਆ ਖਾਂਦੇ ਨੇ ਅਤੇ ਵਧੀਆ ਪਾਉਂਦੇ ਨੇ। ਪੰਜਾਬ ਹੁਣ ਅਫਗਾਨਾਂ, ਮੁਗਲਾਂ ਅਤੇ ਸਿੱਖਾਂ ਦੀ ਲੜਾਈ ਦਾ ਕੇਂਦਰ ਬਣ ਗਿਆ ਸੀ। ਅਬਦਾਲੀ ਅਤੇ ਮੁਗਲ ਸਿੱਖਾਂ ਦਾ ਖਾਤਮਾ ਕਰਨਾ ਚਾਹੁੰਦੇ ਸੀ, ਪਰ ਖਾਲਸਾ ਇਹਨਾਂ ਦੋਵਾਂ ਨੂੰ ਖਤਮ ਕਰਨਾ ਚਾਹੁੰਦਾ ਸੀ। ਇਸ ਦੌਰਾਨ 12 ਸਾਲ ਦੀ ਉਮਰ ਵਿੱਚ ਜੱਸਾ ਸਿੰਘ ਆਲੂਵਾਲੀਆ ਨੂੰ ਇਹਨਾਂ ਦੀ ਮਾਤਾ ਜੀ ਪੰਜਾਬ ਲੈ ਕੇ ਆ ਗਏ। ਇੱਥੇ ਉਹਨਾਂ ਦੀ ਪ੍ਰਤਿਭਾ ਵੇਖ ਕੇ ਕਪੂਰ ਸਿੰਘ ਬਹੁਤ ਪ੍ਰਭਾਵਿਤ ਹੋਏ ਅਤੇ ਜੱਸਾ ਸਿੰਘ ਨੂੰ ਆਪਣੇ ਕੋਲ ਲੈ ਗਏ। ਨਵਾਬ ਕਪੂਰ ਸਿੰਘ ਦੀ ਰਹਿਨੁਮਾਈ ਹੇਠ ਆਪਣਾ ਰਾਜਨੀਤਿਕ ਜੀਵਨ ਆਰੰਭ ਹੋਇਆ ਅਤੇ ਛੇਤੀ ਹੀ ਆਪ ਦੀ ਗਿਣਤੀ ਸਿੱਖ ਆਗੂਆਂ ਦੀ ਪਹਿਲੀ ਕਤਾਰ ਵਿੱਚ ਹੋਣ ਲੱਗ ਪਈ। ਅਦਭੁਤ ਯੋਗਤਾ ਦੇ ਕਾਰਨ ਜੱਸਾ ਸਿੰਘ ਆਲੂਵਾਲੀਆ ਨੂੰ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ। 1761 ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਲੁੱਟਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਾਣੀਪਤ ਵਿੱਚ ਉਸਦਾ ਸਾਹਮਣਾ ਮਰਾਠਿਆਂ ਨਾਲ ਹੋਇਆ। ਦੋਹਾਂ ਧਿਰਾਂ ਦੀ ਜੰਮ ਕੇ ਲੜਾਈ ਹੋਈ। ਮਰਾਠੇ ਵੀ ਦਿੱਲੀ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਪਰ ਅਬਦਾਲੀ ਦੇ ਹੱਥੋਂ ਉਹ ਬੁਰੀ ਤਰ੍ਹਾਂ ਨਾਲ ਹਾਰ ਗਏ। ਅਬਦਾਲੀ ਬਹੁਤ ਸਾਰਾ ਧਨ ਅਤੇ ਔਰਤਾਂ ਲੁੱਟ ਕੇ ਆਪਣੇ ਨਾਲ ਲੈ ਗਿਆ। ਇੱਥੇ ਮਰਾਠਿਆਂ ਨੇ ਜੱਸਾ ਸਿੰਘ ਆਲੂਵਾਲੀਆ ਤੋਂ ਮਦਦ ਮੰਗੀ ਤਾਂ ਜੱਸਾ ਸਿੰਘ ਆਲੂਵਾਲੀਆ ਨੇ ਆਪਣੀ ਫੌਜ ਲੈ ਕੇ ਅਬਦਾਲੀ 'ਤੇ ਹਮਲਾ ਕਰ ਦਿੱਤਾ ਅਤੇ 2200 ਹਿੰਦੂ ਔਰਤਾਂ ਨੂੰ ਉਸ ਦੇ ਸ਼ਿਕੰਜੇ ਵਿੱਚੋਂ ਛੁਡਾਇਆ ਅਤੇ ਉਹਨਾਂ ਨੂੰ ਘਰੋਂ ਘਰੀ ਪਹੁੰਚਾਇਆ। ਇਸ ਤੋਂ ਬਾਅਦ ਜੱਸਾ ਸਿੰਘ ਆਲੂਵਾਲੀਆ ਨੇ ਲਾਹੌਰ 'ਤੇ ਹਮਲਾ ਕਰਕੇ ਕੁਬੈਦ ਖਾਂ ਨੂੰ ਹਰਾਇਆ ਅਤੇ ਲਾਹੌਰ ਜਿੱਤ ਲਿਆ। ਜੱਸਾ ਸਿੰਘ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਗਿਆ। ਉੱਥੇ ਉਹਨਾਂ ਦੇ ਅਨਕ ਸ਼ਾਹੀ ਸਿੱਕਾ ਵੀ ਚਲਾਇਆ। ਲਾਹੌਰ ਜਿੱਤ ਕੇ ਉਸਦਾ ਪ੍ਰਬੰਧ ਚੜ੍ਹਤ ਸਿੰਘ ਨੂੰ ਸੌਂਪ ਦਿੱਤਾ। ਅਬਦਾਲੀ ਆਪਣੀ ਹਾਰ ਨੂੰ ਭੁੱਲਿਆ ਨਹੀਂ ਸੀ, ਉਹ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਚਾਹੁੰਦਾ ਸੀ। ਉਹ ਫਿਰ ਕਾਬਲ ਤੋਂ ਮਲੇਰਕੋਟਲਾ 300,000 ਦੀ ਫੌਜ ਲੈ ਕੇ ਆਉਂਦਾ ਹੈ। ਇਹ ਇੱਕ ਅਕਸਮਾਤ ਹਮਲਾ ਸੀ। ਸਿੱਖਾਂ ਨੇ ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਸੁਰੱਖਿਅਤ ਥਾਂ 'ਤੇ ਕਰ ਦਿੱਤਾ ਅਤੇ ਸਿੱਖਾਂ ਅਤੇ ਅਬਦਾਲੀ ਵਿੱਚ ਜੰਮ ਕੇ ਲੜਾਈ ਹੋਈ। ਇੱਕ ਦਿਨ ਵਿੱਚ ਹੀ 40,000 ਤੋਂ 50,000 ਤੱਕ ਸਿੱਖ ਸ਼ਹੀਦ ਹੋ ਗਏ। ਜੱਸਾ ਸਿੰਘ ਦੇ ਸਰੀਰ ਦੇ 22 ਫੱਟ ਲੱਗੇ। ਉਹਨਾਂ ਨੂੰ ਪਠਾਣਾਂ ਨੇ ਘੇਰ ਲਿਆ। ਉਹ ਸਿਰ ਤੋਂ ਪੈਰਾਂ ਤੱਕ ਲਹੂ ਲੁਹਾਨ ਹੋ ਗਏ, ਪਰ ਅਬਦਾਲੀ ਦੀ ਹਾਰ ਹੋਈ ਅਤੇ ਉਸਨੂੰ ਵਾਪਸ ਮੁੜਨਾ ਪਿਆ। ਉਹ ਸਿੱਖਾਂ ਉਹ ਦਿਨ ਸਿੱਖਾਂ ਵਾਸਤੇ ਸਭ ਤੋਂ ਵੱਡਾ ਖੂਨੀ ਦਿਨ ਸੀ।
ਇਸ ਨੂੰ ਵੱਡਾ ਘੱਲੂਘਾਰਾ ਨਾਮ ਨਾਲ ਜਾਣਿਆ ਜਾਂਦਾ ਹੈ। 1764 ਈਸਵੀ ਵਿੱਚ ਜੱਸਾ ਸਿੰਘ ਨੇ ਸਰਹੰਦ ਦੇ ਗਵਰਨਰ ਨੂੰ ਮਾਰ ਕੇ ਸਰਹੰਦ ਜਿੱਤ ਲਿਆ ਅਤੇ ਉੱਥੋਂ ਪ੍ਰਾਪਤ ਸਾਰੇ ਖਜ਼ਾਨੇ ਨੂੰ ਦਰਬਾਰ ਸਾਹਿਬ ਵਿੱਚ ਭੇਂਟ ਕਰ ਦਿੱਤਾ। ਅਹਿਮਦ ਸ਼ਾਹ ਵੱਲੋਂ ਬਰੂਦ ਨਾਲ ਉਡਾਈ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਸਰਦਾਰ ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫਤਿਹ ਕਰਕੇ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। ਮਾਰਚ 1783 ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ ਆਦਿ ਦੀ ਅਗਵਾਈ ਹੇਠ ਲਾਲ ਕਿਲ੍ਹੇ ਵਿੱਚ ਫੌਜ ਦਾਖਲ ਹੋ ਗਈ। ਉਸ ਸਮੇਂ ਦਾ ਬਾਦਸ਼ਾਹ ਸ਼ਾਹ ਆਲਮ ਉੱਥੋਂ ਦੌੜ ਗਿਆ ਅਤੇ ਖਾਲਸੇ ਨੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਖਾਲਸੇ ਨੇ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਦਲ ਖਾਲਸੇ ਦਾ ਮੁਖੀ ਹੋਣ ਦੇ ਨਾਤੇ ਸਿੱਖ ਜਰਨੈਲਾਂ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਤਖ਼ਤ 'ਤੇ ਬਿਠਾ ਦਿੱਤਾ ਅਤੇ ਬਾਦਸ਼ਾਹ ਹਿੰਦ ਐਲਾਨ ਕਰ ਦਿੱਤਾ। ਪਰ ਆਪ ਨੇ ਕਿਹਾ ਕਿ ਖਾਲਸੇ ਕੋਲ ਸਰਵਉੱਚ ਅਕਾਲ ਤਖ਼ਤ ਹੈ, ਇਸ ਦੀ ਲੋੜ ਨਹੀਂ। ਬਾਅਦ ਵਿੱਚ ਇੱਕ ਮਤੇ ਅਨੁਸਾਰ ਸਰਦਾਰ ਬਘੇਲ ਸਿੰਘ ਨੂੰ ਗੁਰਦੁਆਰਿਆਂ ਦੀ ਭਾਲ ਕਰਨ ਅਤੇ ਬਣਾਉਣ ਵਾਸਤੇ ਕੁਝ ਸਮਾਂ ਦਿੱਲੀ ਛੱਡ ਕੇ ਆਪ ਬਾਕੀ ਸਿੰਘਾਂ ਸਮੇਤ ਵਾਪਸ ਪਰਤ ਆਏ। ਬਾਦਸ਼ਾਹ ਨੇ 8 ਗੁਰਦੁਆਰਿਆਂ ਦੀਆਂ ਇਮਾਰਤਾਂ ਉਸਾਰਨ ਲਈ ਇਜਾਜ਼ਤ ਦੇ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਗੁਰਦੁਆਰਾ ਸੀਸ ਗੰਜ ਵੀ ਹੈ, ਜਿੱਥੇ ਔਰੰਗਜ਼ੇਬ ਦੁਆਰਾ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ। ਅਕਤੂਬਰ 1783 ਵਿੱਚ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਅੰਮ੍ਰਿਤਸਰ ਵਿੱਚ ਅਕਾਲ ਚਲਾਣਾ ਕਰ ਗਏ।